ਹੈਲੋ ਫਰੈਂਡਸ ਆਮ ਆਦਮੀ ਬ੍ਰੇਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਫਰੈਂਡ ਜੇਕਰ ਤੁਸੀਂ ਕਿਸੇ ਵੀ ਪੰਜਾਬ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਫਰੈਂਡਸ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਜੀਕੇ ਨਾਲ ਰਿਲੇਟਡ ਬਹੁਤ ਹੀ ਮਹੱਤਵਪੂਰਨ 20 MCQ ਕਰਾਂਗੇ ਜਿਹੜੇ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੋਣਗੇ ਸੋ ਫਰੈਂਡਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਆ ਕਰੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੇ ਹਰ ਤਰ੍ਹਾਂ ਦੇ ਪੰਜਾਬ ਕੰਪੀਟੀਸ਼ਨ ਇਗਜ਼ਾਮ ਦੀ ਤਿਆਰੀ ਸੰਬੰਧੀ ਹਰ ਵਿਸ਼ੇ ਦੀਆਂ ਮਹੱਤਵਪੂਰਨ ਵੀਡੀਓ ਜਰੂਰ ਵੇਖੋ ਤਾਂ ਫਰੈਂਡਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਫਰਸਟ ਕੁਐਸਚਨ ਸਾਡਲਵੇ ਹੇਠ ਲਿਖੇ ਕਿਸ ਜ਼ਿਲ੍ਹੇ ਨੂੰ ਬਾਗਾਂ ਦੀ ਨਗਰੀ ਕਿਹਾ ਜਾਂਦਾ ਹੈ ਤਾਂ ਫਰੈਂਡਸ ਹੇਠ ਲਿਖੇ ਕਿਸ ਜ਼ਿਲ੍ਹੇ ਨੂੰ ਬਾਗਾਂ ਦੀ ਨਗਰੀ ਕਿਹਾ ਜਾਂਦਾ ਹੈ ਅਨਸਰ ਆਏਗਾ ਜੀ অপਸ਼ਨ ਡੀ ਕਪੂਰਥਲਾ ਫਰੈਂਡ ਤੁਸੀਂ ਯਾਦ ਰੱਖੋਗੇ ਕਿ ਕਪੂਰਥਲਾ ਜ਼ਿਲ੍ਹੇ ਦੇ ਸੰਸਥਾਪਕ ਰਾਣਾ ਕਪੂਰ ਸਨ ਸੋ ਯਾਦ ਰੱਖੋਗੇ ਕਿ ਰਾਣਾ ਕਪੂਰ ਕਪੂਰਥਲਾ ਜ਼ਿਲ੍ਹੇ ਦੇ ਸੰਸਥਾਪਕ ਸਨ ਕਪੂਰਥਲਾ ਜ਼ਿਲ੍ਹੇ ਨੂੰ ਮਹਿਲਾ ਦਾ ਸ਼ਹਿਰ ਅਤੇ ਸਾਇੰਸ ਸਿਟੀ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਨੈਕਸਟ ਕੁਸਚਨ ਸੱਡਲਵੇ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ ਤਾਂ ਫਰੈਂਡ ਯਾਦ ਰੱਖੋਗੇ ਕਿ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸਹੀ ਇਹ ਦ ਮੰਗਲ पांडे ਸੀ ਨੈਕਸਟ ਕੁਐਸਚਨ ਸਾਡ ਲਵੇ ਸੂਚਨਾ ਦਾ ਅਧਿਕਾਰ ਕਾਨੂੰਨ ਕਦੋਂ ਲਾਗੂ ਕੀਤਾ ਗਿਆ ਤਾਂ ਫਰੈਂਡਸ ਸੂਚਨਾ ਦਾ ਅਧਿਕਾਰ ਕਾਨੂੰਨ ਕਦੋਂ ਲਾਗੂ ਕੀਤਾ ਗਿਆ ਅਨਸਰ ਆਏਗਾ ਜੀ অপਸ਼ਨ ਸੀ 12 ਅਕਤੂਬਰ ਫਰੈਂਡ ਤੁਸੀਂ ਯਾਦ ਰੱਖੋਗੇ ਕਿ ਰਾਜ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਲਈ ਅਤੇ ਨਾਗਰਿਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਸੂਚਨਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਇਸ ਸਬੰਧੀ 15 ਜੂਨ 2005 ਦੇ ਵਿੱਚ ਕਾਨੂੰਨ ਨੂੰ ਪਾਸ ਕੀਤਾ ਗਿਆ ਸੀ ਅਤੇ 12 ਅਕਤੂਬਰ 2005 ਦੇ ਵਿੱਚ ਇਸ ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਸੀ ਨੈਕਸਟ ਕੁਸਚਨ ਸਾਡ ਲਵੇ ਪੂਰਬੀ ਭਾਰਤ ਵਿੱਚ ਸਿੱਖੀ ਦਾ ਪ੍ਰਚਾਰ ਲਈ ਕਿਹੜਾ ਤਖਤ ਕੇਂਦਰ ਮੰਨਿਆ ਜਾਂਦਾ ਹੈ ਤਾਂ ਸਟੂਡੈਂਟ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਲਈ ਕਿਹੜਾ ਤਖਤ ਕੇਂਦਰ ਮੰਨਿਆ ਜਾਂਦਾ ਹੈ ਅਨਸਰ ਆਏਗਾ ਜੀ অপਸ਼ਨ ਤਖਤ ਸ਼੍ਰੀ ਪਟਨਾ ਸਾਹਿਬ ਫਰੈਂਡ ਤੁਸੀਂ ਯਾਦ ਰੱਖੋਗੇ ਕਿ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਰਾਜ ਦੇ ਵਿੱਚ ਮੌਜੂਦ ਹੈ ਸਿੱਖ ਧਰਮ ਦੇ ਵਿੱਚ ਕੁੱਲ ਪੰਜ ਤਖਤ ਹਨ ਇਨ੍ਹਾਂ ਪੰਜ ਤਖਤਾਂ ਦੇ ਵਿੱਚੋਂ ਤਿੰਨ ਤਖਤ ਮੌਜੂਦਾ ਪੰਜਾਬ ਦੇ ਵਿੱਚ ਮੌਜੂਦ ਹਨ ਜਦੋਂ ਕਿ ਦੋ ਤਖਤ ਪੰਜਾਬ ਤੋਂ ਬਾਹਰ ਮੌਜੂਦ ਹਨ ਨੈਕਸਟ ਕੁਐਸਚਨ ਸਾਡ ਲਵੇ ਹੇਠ ਲਿਖਿਆਂ ਵਿੱਚੋਂ ਦਾਰਸ਼ਨਿਕ ਦੀ ਪਛਾਣ ਕਰੋ ਤਾਂ ਭਾਬੇ ਹੇਠ ਲਿਖਿਆਂ ਵਿੱਚੋਂ ਕੌਣ ਫਿਲਾਸਫਰ ਹੈ ਤਾਂ ਆਨਸਰ ਆਏਗਾ ਜੀ অপਸ਼ਨ ਡੀ ਡਾਕਟਰ ਐਸ ਰਾਦਾ ਕ੍ਰਿਸ਼ਨਨ ਕਿਉਂਕਿ ਫਰੈਂਡਸ ਇਹਨਾਂ ਨੇ ਮਦਰਾਸ ਦੇ ਕਾਲ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਕੰਮ ਕੀਤਾ ਸੀ ਇਹਨਾਂ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ ਇਹ ਭਾਰਤ ਦੇ ਪਹਿਲੇ ਉਪਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਰਹੇ ਹਨ ਟੀਚਰ ਡੇ 5 ਸਤੰਬਰ ਨੂੰ ਇੰਨਾ ਦੇ ਹੀ ਜਨਮ ਦਿਨ ਉੱਪਰ ਮਨਾਇਆ ਜਾਂਦਾ ਹੈ। ਨੈਕਸਟ ਕੁਐਸਚਨ ਸਾਡਾ ਲਵੇ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਸਤਿਆਗ੍ਰਹਿ ਕਿੱਥੇ ਸ਼ੁਰੂ ਕੀਤਾ? ਤਾਂ ਫਰੈਂਡਸ ਇਹ ਧਿਲਕੀਆਂ ਵਿੱਚੋਂ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਸਤਿਆਗ੍ਰਹਿ ਕਿੱਥੇ ਸ਼ੁਰੂ ਕੀਤਾ? ਆਨਸਰ ਆਏਗਾ ਜੀ অপਸ਼ਨ A ਚੰਪਾਰਨ। ਨੈਕਸਟ ਕੁਐਸਚਨ ਸਾਡਾ ਲਵੇ ਵਿਦਆਊਟ ਫੇਅਰ ਕਿਤਾਬ ਦਾ ਲੇਖਕ ਕੌਣ ਹੈ? ਤਾਂ ਫਰੈਂਡਸ ਇਹ ਲਿਖਿਆ ਵਿੱਚੋਂ ਵਿਦਾਊਟ ਫੇਅਰ ਕਿਤਾਬ ਦਾ ਲੇਖਕ ਕੌਣ ਹੈ ਤਾਂ ਆਨਸਰ ਆਏਗਾ ਜੀ অপਸ਼ਨ ਬੀ ਭਗਤ ਸਿੰਘ ਫਰੈਂਡ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਭਗਤ ਸਿੰਘ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸੋਗੇ ਕਿ ਭਗਤ ਸਿੰਘ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਨੈਕਸਟ ਕੁਐਸਚਨ ਸਾਡਲੇ ਵੇ ਗੁਰਦੁਆਰਾ ਜੋਤੀਸਰੂਪ ਕਿੱਥੇ ਸਥਿਤ ਹੈ ਤਾਂ ਸਟੂਡੈਂਟ ਬਹੁਤ ਇੰਪੋਰਟੈਂਟ ਕੁਐਸਚਨ ਗੁਰਦੁਆਰਾ ਜੋਤੀਸਰੂਪ ਕਿੱਥੇ ਸਥਿਤ ਹੈ ਅਨਸਰ ਆਏਗਾ ਜੀ অপਸ਼ਨ ਸੀ ਫਤੇਗੜ ਸਾਹਿਬ ਫਰੈਂਡ ਤੁਸੀਂ ਯਾਦ ਰੱਖੋਗੇ ਕਿ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਦੇ ਨਾਲ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਇਹ ਉਹੀ ਜਗ੍ਹਾ ਹੈ ਜਿਸ ਨੂੰ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਰੱਖ ਕੇ ਮੁੱਲ ਖਰੀਦਿਆ ਸੀ ਨੈਕਸਟ ਕੁਐਸਚਨ ਸਾਡ ਲਵੇ ਪੰਜਾਬ ਤੋਂ ਭਾਰਤ ਦੇ ਕਿੰਨੇ ਪ੍ਰਧਾਨ ਮੰਤਰੀ ਚੁਣੇ ਗਏ ਹਨ ਤਾਂ ਸਟੂਡੈਂਟ ਹੁਣ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਹਨ ਤਾਂ ਉਹਨਾਂ ਪ੍ਰਧਾਨ ਮੰਤਰੀਆਂ ਵਿੱਚੋਂ ਪੰਜਾਬ ਤੋਂ ਕਿੰਨੇ ਵਿਅਕਤੀ ਸਨ ਤਾਂ ਆਨਸਰ ਆਏਗਾ ਜੀ অপਸ਼ਨ ਸੀ ਯਾਨੀ ਕਿ 3 ਤਾਂ ਤਿੰਨ ਵਿਅਕਤੀ ਕਿਹੜੇ-ਕਿਹੜੇ ਯਾਦ ਰੱਖੋਗੇ ਜੀ ਪਹਿਲਾ ਵਿਅਕਤੀ ਗੁਲਜਾਰੀ لال ਨੰਦਾ ਨੇ ਗੁਜਾਰੀ لال ਨੰਦਾ ਪੰਜਾਬ ਨਾਲ ਬਿਲੋਂਗ ਕਰਦੇ ਨੇ ਜਿਹੜੇ ਕਿ ਭਾਰਤੀ ਪ੍ਰਧਾਨ ਮੰਤਰੀ ਬਣੇ ਅਤੇ ਦੂਸਰੇ ਆਈ ਕੇ ਗੁਜਰਾਲ ਭਵ ਇੰਦਰ ਕੁਮਾਰ ਗੁਜਰਾਲ ਅਤੇ ਤੀਸਰੇ ਵਿਅਕਤੀ ਨੇ ਮਨਮੋਹਨ ਸਿੰਘ ਜਿਨ੍ਹਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਏਗਾ ਸੋ ਇਹ ਹੀ ਤਿੰਨ ਵਿਅਕਤੀ ਪੰਜਾਬ ਤੋਂ ਬਿਲੋਂਗ ਕਰਦੇ ਹਨ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਫਰੈਂਡਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਨੈਕਸਟ ਕੁਐਸਚਨ ਸਾਡ ਲਵੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿੰਵੇਂ ਮੁੱਖ ਮੰਤਰੀ ਬਣੇ ਤਾਂ ਸਟੂਡੈਂਟ ਬਹੁਤ ਇੰਪੋਰਟੈਂਟ ਕੁਐਸਚਨ ਹੈ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿੰਵੇਂ ਮੁੱਖ ਮੰਤਰੀ ਬਣੇ ਆਨਸਰ ਆਏਗਾ ਜੀ অপਸ਼ਨ ਸੀ 26ਵੇਂ ਫਰੈਂਡ ਤੁਸੀਂ ਯਾਦ ਰੱਖੋਗੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੇ ਪਿਤਾ ਦਾ ਨਾਮ ਯਾਦਵਿੰਦਰ ਸਿੰਘ ਸੀ ਅਤੇ ਇਹਨਾਂ ਦੀ ਮਾਤਾ ਦਾ ਨਾਮ ਮੋਹਿੰਦਰ ਕੋਰ ਸੀਗਾ ਤੇ ਨਾਲ ਹੀ ਯਾਦ ਰੱਖੋ ਸਟੂਡੈਂਟ ਕਿ 16 ਮਾਰਚ 2017 ਨੂੰ ਪੰਜਾਬ ਦੇ ਇਹ 26ਵੇਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਇਤਿਹਾਸ ਅਤੇ ਜੁੱਦਾਂ ਤੇ ਕਈ ਕਿਤਾਬਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚੋਂ ਦੀ ਬੈਟਲ ਆਫ ਸਾਰਾਗੜੀ ਸੋ ਯਾਦ ਰੱਖੋਗੇ ਦੀ ਬੈਟਲ ਆਫ ਸਾਰਾਗੜੀ ਨਾਂ ਦੀ ਕਿਤਾਬ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਗਈ ਹੈ ਨੈਕਸਟ ਕੁਐਸਚਨ ਸਾਡਾ ਲਵੇ ਗਦਰ ਪਾਰਟੀ ਦਾ ਲੀਡਰ ਕੌਣ ਸੀ ਤਾਂ ਫਰੈਂਡਸ ਹੇਠ ਲਿਖਿਆਂ ਵਿੱਚੋਂ ਗਦਰ ਪਾਰਟੀ ਦਾ ਲੀਡਰ ਕੌਣ ਸੀ ਅਨਸਰ ਆਏਗਾ ਜੀ অপਸ਼ਨ ਬੀ ਕਰਤਾਰ ਸਿੰਘ ਸਰਾਬਾ ਫਰੈਂਡ ਤੁਸੀਂ ਯਾਦ ਰੱਖੋਗੇ ਕਿ ਕਰਤਾਰ ਸਿੰਘ ਸਰਾਬਾ 15 ਸਾਲ ਦੀ ਉਮਰ ਦੇ ਵਿੱਚ ਹੀ ਗਦਰ ਪਾਰਟੀ ਦੇ ਮੈਂਬਰ ਬਣ ਗਏ ਸਨ ਇਹਨਾਂ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਵਿਖੇ ਹੋਇਆ ਸੀ ਅਤੇ 16 ਨਵੰਬਰ 1915 ਨੂੰ ਸਿਰਫ 19 ਸਾਲ ਦੀ ਉਮਰ ਦੇ ਵਿੱਚ ਹੀ ਇਹ ਸ਼ਹੀਦ ਹੋ ਗਏ ਸਨ ਨੈਕਸਟ ਕੁਐਸਚਨ ਸਾਡ ਲਵੇ SYL ਨਹਿਰ ਦਾ ਉਦਘਾਟਨ ਕਿਸ ਨੇ ਕੀਤਾ ਤਾਂ ਫਰੈਂਡ ਯਾਦ ਰੱਖੋਗੇ ਕਿ SYL ਨਹਿਰ ਦਾ ਉਦਘਾਟਨ 인ਦਰਾ ਗਾਂਧੀ ਵੱਲੋਂ ਕੀਤਾ ਗਿਆ ਸੀ ਫਰੈਂਡ ਯਾਦ ਰੱਖੋਗੇ ਕਿ SYL ਦਾ ਪੂਰਾ ਨਾਮ ਸਤਲੁਜ ਜਮੁਨਾ ਲਿੰਕ ਹੈ ਇਹ ਸਤਲੁਜ ਅਤੇ ਜਮੁਨਾ ਨਦੀ ਨੂੰ ਜੋੜਨ ਵਾਲੀ ਭਾਰਤ ਦੀ ਇੱਕ ਨਿਰਮਾਣ ਅਧੀਨ 214 ਕਿਲੋਮੀਟਰ ਲੰਬੀ ਨਹਿਰ ਹੈ ਅਤੇ ਪੰਜਾਬ ਅਤੇ ਹਰਿਆਣਾ ਵਿਚਕਾਰ ਦਰਿਆਈ ਪਾਣੀ ਨੂੰ ਲੈ ਕੇ एसवाईएल ਦਾ ਮਸਲਾ ਚੱਲ ਰਿਹਾ ਹੈ। ਨੈਕਸਟ ਕੁਐਸਚਨ ਸੈਟਲ ਬੇ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਦੀ ਉਪਾਧੀ ਕਿਸ ਨੇ ਪ੍ਰਦਾਨ ਕੀਤੀ? ਤਾਂ ਫਰੈਂਡ ਜਦ ਰੱਖੋਗੇ ਕਿ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਦੀ ਉਪਾਧੀ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੀ ਗਈ ਸੀ। ਨਾਲ ਹੀ ਜਦ ਰੱਖੋਗੇ ਕਿ ਬੰਦਾ ਸਿੰਘ ਬਹਾਦਰ ਦਾ ਮੁੰਡਲਾ ਨਾਮ ਲਛਮਣ ਦਾਸ ਸੀ ਅਤੇ ਨਾਲ ਹੀ ਫਰੈਂਡਸ ਇਹਨਾਂ ਦਾ ਜਨਮ 27 ਦਸੰਬਰ 1600 70 ਇਸਵੀ ਨੂੰ ਕਸ਼ਮੀਰ ਦੇ ਪੁਨਸ਼ ਜ਼ਿਲ੍ਹੇ ਵਿੱਚ ਹੋਇਆ ਸੀ ਨੈਕਸਟ ਕੁਐਸਚਨ ਸਾਡ ਲਵੇ ਪਗੜੀ ਸੰਭਾਲ ਜਟਾ ਨਾਮਕ ਕਵਿਤਾ ਦਾ ਰਚਨਾਕਾਰ ਕੌਣ ਹੈ ਤਾਂ ਸਟੂਡੈਂਟ ਕਿਸ ਵਿਅਕਤੀ ਵੱਲੋਂ ਪਗੜੀ ਸੰਭਾਲ ਜਟਾ ਨਾਮਕ ਕਵਿਤਾ ਦੀ ਰਚਨਾ ਕੀਤੀ ਗਈ ਹੈ ਅਨਸਰ ਆਏਗਾ ਜੀ অপਸ਼ਨ ਬੀ ਬਾਂਕੇ ਦਿয়াল ਫਰੈਂਡ ਯਾਦ ਰੱਖੋਗੇ ਕਿ ਇਹ ਕਵਿਤਾ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਦੇ ਦੌਰਾਨ ਸੁਣਾਈ ਗਈ ਸੀ ਅਤੇ ਇਹੇ ਅੰਦੋਲਨ ਬ੍ਰਿਟਿਸ਼ ਸਰਕਾਰ ਦੁਆਰਾ ਲਿਆਂਦੇ ਗਏ ਪੰਜਾਬ ਕੋਲੋਨਾਈਜੇਸ਼ਨ ਐਕਟ 1907 ਦੇ ਖਿਲਾਫ ਕੀਤਾ ਜਾ ਰਿਹਾ ਸੀ ਅਤੇ ਜਿਸ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ ਨੈਕਸਟ ਕੁਐਸਚਨ ਸਾਡਾ ਲਵੇ ਦੁਆਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਫਰੈਂਡ ਯਾਦ ਰੱਖੋਗੇ ਕਿ ਦੁਆਬ ਸ਼ਬਦ ਹੈ ਜਿਹੜਾ ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਨਾਲੀ ਯਾਦ ਰੱਖੋਗੇ ਕਿ ਪੰਜਾਬ ਸ਼ਬਦ ਵੀ ਫਾਰਸੀ ਭਾਸ਼ਾ ਤੋਂ ਹੀ ਲਿਆ ਗਿਆ ਹੈ ਫਰੈਂਡ ਦੁਆਬ ਸ਼ਬਦ ਦਾ ਮਤਲਬ ਹੁੰਦਾ ਹੈ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਨੈਕਸਟ ਕੁਐਸਚਨ ਸੱਟ ਲਵੇ ਬੁੱਢਾ ਨਾਲਾ ਕਿਹੜੇ ਦਰਿਆ ਵਿੱਚੋਂ ਨਿਕਲਦਾ ਹੈ ਤਾਂ ਫਰੈਂਡ ਯਾਦ ਰੱਖੋਗੇ ਕਿ ਬੁੱਢਾ ਨਾਲਾ ਸਤਲੁਜ ਦਰਿਆ ਵਿੱਚੋਂ ਨਿਕਲਦਾ ਹੈ ਪੰਜਾਬ ਵਿੱਚ ਸਭ ਤੋਂ ਲੰਬੀ ਨਹਿਰ ਵੀ ਸਤਲੁਜ ਦਰਿਆ ਵਿੱਚੋਂ ਹੀ ਨਿਕਲਦੀ ਹੈ ਇਹ ਵੀ ਤੁਸੀਂ ਜ਼ਰੂਰ ਯਾਦ ਰੱਖੋਗੇ ਜੇਕਰ ਗਿਰਧਰਿਆ ਦੀ ਗੱਲ ਕਰੀਏ ਤਾਂ ਇਹ ਪੰਜਾਬ ਵਿੱਚ ਵਗਣ ਵਾਲਾ ਮੌਸਮੀ ਦਰਿਆ ਹੈ ਅਤੇ ਪੰਜਾਬ ਵਿੱਚ ਸਭ ਤੋਂ ਪ੍ਰਦੂਸ਼ਿਤ ਦਰਿਆ ਕਿਹੜਾ ਹੈ ਅਨਸਰ ਆਏਗਾ ਜੀ ਬਿਆਸ ਨੈਕਸਟ ਕੁਸਚਨ ਸਾਡਾ ਲਵੇ ਰਾਸ਼ਟਰੀ ਬਾਲਿਕਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਫਰੈਂਡ ਯਾਦ ਰੱਖੋਗੇ ਕਿ ਹਰ ਸਾਲ 24 ਜਨਵਰੀ ਨੂੰ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ ਇਸ ਦੀ ਸ਼ੁਰੂਆਤ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਅਤੇ ਗਵਰਨਮੈਂਟ ਆਫ ਇੰਡੀਆ ਵੱਲੋਂ 2008 ਵਿੱਚ ਕੀਤੀ ਗਈ ਸੀ ਇਸ ਦਾ ਉਦੇਸ਼ ਲੜਕੀਆਂ ਨਾਲ ਹੋ ਰਹੇ ਭੇਦਭਾਵਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ ਨੈਕਸਟ ਕੁਐਸਚਨ ਸੈਟਲਵੇ ਨਾਨਕ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ ਤਾਂ ਫਰੈਂਡਸ ਹੇਠ ਲਿਖਿਆਂ ਵਿੱਚੋਂ ਨਾਨਕ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ ਅਨਸਰ ਆਏਗਾ ਜੀ অপਸ਼ਨ ਡੀ ਮਤਰਈ ਮਾ ਨੈਕਸਟ ਕੁਐਸਚਨ ਸੈਟ ਲਈ ਪੰਜਾਬ ਦੀ ਮਦਰ ਟ੍ਰੇਸਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਫਰੈਂਡਸ ਹੇਠ ਲਿਖਿਆਂ ਵਿੱਚੋਂ ਪੰਜਾਬ ਦੀ ਮਦਰ ਟ੍ਰੇਸਾ ਕਿਸ ਨੂੰ ਕਿਹਾ ਜਾਂਦਾ ਹੈ ਅਨਸਰ ਆਏਗਾ ਜੀ অপਸ਼ਨ ਬੀ ਭਗਤ ਪੂਰਨ ਸਿੰਘ ਫਰੈਂਡ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਇੰਸਟਾਗ੍ਰਾਮ ਤੇ ਵਟਸਐਪ ਗਰੁੱਪ ਦੇ ਲਿੰਕ ਮਿਲ ਰਹੇ ਨੇ ਉਹਨਾਂ ਨੂੰ ਜਰੂਰ ਜੁਆਇਨ ਕਰ ਲਓ ਤਾਂ ਜੋ ਤੁਹਾਨੂੰ ਹਰ ਵੀਡੀਓ ਦਾ ਮੈਸੇਜ ਅਤੇ ਹਰ ਵੀਡੀਓ ਦੀ ਪੀਡੀਐਫ ਮਿਲਦੀ ਰਹੇ ਅਤੇ ਨਾਲ ਹੀ ਮੈਚ ਦੀ ਤਿਆਰੀ ਦੇ ਲਈ ਸਾਡਾ ਦੂਸਰਾ ਚੈਨਲ ਜਿਸ ਦਾ ਨਾਮ ਆਮ ਆਦਮੀ ਬ੍ਰਿੰਟੂ ਹੈ ਉਸ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਨੈਕਸਟ ਕੁਸਚਨ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਇਤਿਹਾਸਿਕ ਜੁਦ ਕਿਹੜਾ ਸੀ ਤਾਂ ਫਰੈਂਡਸ ਹੇਠ ਲਿਖਿਆਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਇਤਿਹਾਸਿਕ ਜੁਦ ਕਿਹੜਾ ਸੀ ਅਨਸਰ ਆਏਗਾ ਜੀ অপਸ਼ਨ ਬੀ ਪੰਗਾਣੀ ਦਾ ਜੁਦ ਫਰੈਂਡ ਯਾਦ ਰੱਖੋਗੇ ਕਿ ਇਹ ਜੁਦ 1688 ਦੇ ਵਿੱਚ ਹੋਇਆ ਸੀ ਅਤੇ ਇਹ ਜੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਲੇਰ ਦੇ ਰਾਜਾ ਭੀਮਚੰਦ ਅਤੇ ਦੂਜੇ ਪਹਾੜੀ ਰਾਜਿਆਂ ਦੇ ਵਿਚਕਾਰ ਹੋਇਆ ਸੀ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਸੀ ਸੋ ਫਰੈਂਡਸ ਏਸੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ 20 ਐਮਸੀਕਿਊ ਜੇਕਰ ਵੀਡੀਓ ਨੂੰ ਹੁਣ ਤੱਕ ਲਾਈਕ ਨਹੀਂ ਕੀਤਾ ਪਲੀਜ਼ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਫਰੈਂਚ ਵੀਡੀਓ ਨੂੰ ਦੇਖਣ ਤੋਂ ਬਾਅਦ ਰਿਸਪੌਂਸਿਬਿਲਟੀ ਦੇ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਜੋ ਵੀਡੀਓ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਇੱਕ ਵਾਰ ਉਹਨਾਂ ਨੂੰ ਜਰੂਰ ਵੇਖੋ ਧੰਨਵਾਦ ਸਟੂਡੈਂਟਸ